औखा हो जांदा गा हुण जदों तू ऐ करदी जाके मेरा जी नहीं लगदा। पुत ब्याह तां तेरा मैं करना ही सी, इह तां मेरा फर्ज सीगा। तीआं तां राजे राणियां नहीं रख सके, पर पुत मेरा सच्ची तेरे बिना जी नहीं लगदा मगरों। फिर मां मेरी गल सुन, तू मेरे नाल उत्थे वग जाना, नहीं तेरा जी लग्या रहा करू, इत्थे तू कल्ली रह जानी है। पुत तेरे नाल हुणी कित्थों वग जां, हले तां चल मेरे नैण प्राण तुरदे है, नाले तैनूं पता ना लोक मेहणे देणगे, उत्थे तेरी सस वी मेहणे मारूगी वी तेरी मां इत्थे आके बहगी। लै मां, हुण तां आपां अगले नूं पता ही है वी जदों इहदे भरा नहीं हैगा ते मेरी मां होर कित्थे जाऊगी। नाले तूं चाचे के घरे वग जाया कर 10 मिंट, उत्थे डिंपल नाल तेरा जी लग जाया करूगा। ਉਹ ਤਾਂ ਹੁਣ ਉਹਨਾਂ ਦੇ ਘਰੇ ਵੀ ਉਹ ਗੱਲ ਨਹੀਂ ਰਹੀ। ਤੇਰੀ ਚਾਚੀ ਦੇ ਹੁੰਦੇ ਤਾਂ ਚੱਲ ਅਸੀਂ ਭੈਣਾਂ ਭੈਣਾਂ ਵਾਂਗੂ ਵਰਤਦੀਆਂ ਸੀ, ਹੁਣ ਤੈਨੂੰ ਪਤਾ ਹੈ ਜਵਾਕਾਂ ਨੂੰ ਕਿਹੜਾ ਮੋਹ ਹੈ, ਸਾਰੇ ਸਭ ਨੂੰ ਖਾਣ ਮਿੱਠਾ ਹੈਗਾ। ਹੁਣ ਤਾਂ ਤੀਜੇ ਦਿਨ ਆ ਜਾਂਦਾ, ਤਾਈ ਦੇ ਦੇ 10,000, ਦੇ ਦੇ 20,000, ਪੁੱਤ ਸਾਰੇ ਪੈਸੇ ਦੇ ਪੁੱਤ ਨੇ, ਮੈਂ ਤਾਂ ਬਾਹਲੀ ਔਖੀ ਫਸੀ ਹਾਂ। ਸਹੀ ਗੱਲ ਹੈ ਮਾਂ, ਰੱਬ ਆਪਣੇ ਬਾਪੂ ਨੂੰ ਛੱਡ ਦਿੰਦਾ ਨਾ ਤਾਂ ਕੁਛ ਵੀ ਨਹੀਂ ਸੀ, ਅੱਜ ਆਹ ਦਿਨ ਦੇਖਣੇ ਪੈਣੇ, ਨਾ ਤਾਂ ਬਾਪੂ ਨੇ ਮੈਨੂੰ ਪੁੱਤਾਂ ਵਾਂਗੂ ਪਾਲਿਆ ਸੀ, ਆਹ ਦਿਨ ਮੇਰੇ ਤੇ ਕਦੇ ਵੀ ਨਹੀਂ ਸੀ ਆਉਂਦੇ, ਮੈਂ ਜਮੀ ਨਹੀਂ ਛੱਡ ਕੇ ਜਾਂਦੀ ਸੀ, ਮੈਨੂੰ ਵੀ ਦਿਨ ਰਾਤ ਤੇਰੀ ਫਿਕਰ ਖਾਈ ਜਾਂਦੀ ਹੈ। ਪੁੱਤ ਆਪਣਾ ਤਾਂ ਰੱਬ ਹੀ ਵੈਰੀ ਬਣ ਗਿਆ, ਕਿਸੇ ਨੂੰ ਕੀ ਦੋਸ਼ ਦੇਈਏ। ਸਹੀ ਗੱਲ ਹੈ, ਉਧਰੋਂ ਤਾਂ ਚਾਚੀ ਨੂੰ ਰੱਬ ਨੇ ਖੋਲਿਆ ਤੇ ਉਧਰੋਂ ਪਿਓ ਨੂੰ। ਆ ਗਏ ਤੁਸੀਂ? ਹਾਂ ਮਾਂ, ਕਾਹਨੂੰ ਆਪਦਾ ਮਨ ਔਖਾ ਕੀਤਾ ਤੂੰ, ਉਹ ਵੀ ਤਾਂ ਤੇਰਾ ਘਰ ਹੈ, ਤੂੰ ਸਾਡੇ ਨਾਲ ਵਗ ਚੱਲ, ਏਡੀ ਕੀ ਗੱਲ ਹੈ। ਇਹੀ ਗੱਲ ਤਾਂ ਮਾਂ ਨੂੰ ਮੈਂ ਕਹੀ ਜਾਂਦੀ ਹਾਂ ਵੀ ਤੂੰ ਸਾਡੇ ਨਾਲ ਵਗ ਜਾ, ਕਾਹਨੂੰ ਦੁਖੀ ਹੁੰਦੀ ਹੈ ਜੀ। ਪੁੱਤ ਨਹੀਂ, ਮੈਂ ਤੁਹਾਡੇ ਨਾਲ ਨਹੀਂ ਹਲੇ ਜਾ ਸਕਦੀ, ਤੂੰ ਨਾ ਅਮਨ ਨੂੰ ਛੇਤੀ ਮੈਨੂੰ ਮਿਲਾ ਕੇ ਲੈ ਜਾਇਆ ਕਰ। ਕੋਈ ਗੱਲ ਨਹੀਂ ਮਾਂ, ਫਿਕਰ ਨਾ ਕਰ, ਜਦੋਂ ਤੂੰ ਫੋਨ ਕਰਦਿਆ ਕਰੇਂਗੀ ਅਸੀਂ ਉਸੇ ਟਾਈਮ ਆ ਜਾਇਆ ਕਰਾਂਗੇ। ਸਹੀ ਗੱਲ ਹੈ ਮਾਂ, ਤੂੰ ਚਿੰਤਾ ਨਾ ਕਰ, ਜਦੋਂ ਵੀ ਆਵਾਜ਼ ਮਾਰੇਗੀ ਮੈਂ ਉਦੀ ਆ ਜਾਊਂਗੀ, ਇਹ ਮੈਨੂੰ ਉਦੀ ਲੈ ਆਉਣਗੇ। ਸੁੱਖ ਨਾਲ ਐਡੀ ਤੇਰੀ ਗੱਡੀ ਦਿੱਤੀ ਦਾ ਮੈਨੂੰ ਕੀ ਫਾਇਦਾ, ਜੇ ਤੇਰੀ ਧੀ ਤੇਰੇ ਕੋਲ ਹੀ ਨਾ ਪਹੁੰਚੀ। ਠੀਕ ਹੈ ਪੁੱਤ, ਤੇਰੇ ਮਗਰੋਂ ਨਾ ਮੈਂ ਤਾਂ ਇਕੱਲੀ ਕੰਧਾਂ ਨਾਲ ਗੱਲਾਂ ਕਰਦੀ ਹਾਂ। ਚੰਗਾ ਮਾਂ, ਫਿਰ ਆਏ ਜੇ ਨਾ ਕਰਿਆ ਕਰ, ਫਿਰ ਮੇਰਾ ਵੀ ਜਮੀ ਜੀ ਨਹੀਂ ਲੱਗਦਾ ਹੈਗਾ, ਮਨ ਨਾ ਦੁਖੀ ਕਰ। ਚੱਲ ਹੁਣ ਅਸੀਂ ਜਾਂਦੇ ਹਾਂ, ਨਹੀਂ ਮੇਰੇ ਨਾਲ ਚੱਲ, ਤੂੰ 2 ਦਿਨ ਲਾ ਕੇ ਫਿਰ ਆ ਜੀ। ਰੋ ਨਾ ਤੂੰ। ਅਮਨ ਮੇਰੀ ਗੱਲ ਸੁਣ, ਪਿੰਡੋਂ ਨਾ ਫੋਨ ਆਇਆ ਸੀਗਾ, ਆਪਾਂ ਨੂੰ ਜਾਣਾ ਪਊਗਾ। ਅੱਛਾ ਚੱਲ ਕੋਈ ਨੀ, ਚੱਲਦੇ ਆ ਜੀ ਫਿਰ, ਚਾਹ ਦੀ ਘੁੱਟ ਬਣਾਵਾਂ ਪੀਓਗੇ? ਨਾ ਨਾ ਬਸ, ਚਾਹ ਨਹੀਂ ਪੀਣੀ, ਚੱਲ ਮਾਂ ਤੋਂ ਲੈ ਆ ਗਿਆ, ਚਲੀਏ। ਚੱਲ ਤੇ ਸੁੱਖ ਤਾਂ ਹੈ ਨਾ ਸਰ? ਹਾਂ ਮਾਂ ਸੁੱਖ ਹੀ ਹੈਗੀ, ਬਸ ਥੋੜਾ ਜਿਹਾ ਇੱਕ ਕੰਮ ਸੀਗਾ, ਉਹ ਆ ਗਿਆ, ਉਹਨਾਂ ਨੇ ਫੋਨ ਕਰਤਾ, ਮੈਨੂੰ ਜਾਣਾ ਪਊਗਾ। ਚੱਲ ਮਾਂ ਮੇਰੀ ਗੱਲ ਸੁਣ, ਤੈਨੂੰ ਦੇਵਾਂ ਚਾਹ ਦੀ ਘੁੱਟ ਬਣਾ ਕੇ? ਨਾ ਪੁੱਤ, ਬਸ ਮੈਂ ਤਾਂ ਹੁਣ ਕਾਸੇ ਨੂੰ ਜਿੱਤ ਨਹੀਂ ਮੰਨਦਾ। ਚੱਲ ਚੰਗਾ ਫਿਰ, ਆਏ ਜੇ ਮਨ ਦੁਖੀ ਨਾ ਕਰ, ਆ ਜਾ ਚੱਲ ਚੱਲਦੇ ਆ ਫਿਰ। ਹੋਰ ਮਾਂ ਮਨ ਨਾ ਦੁਖੀ ਕਰੇ, ਹੋਰ ਆ ਜਾ। ਮਨ ਦੁਖੀ ਕਰ ਦਿੰਦੀ ਹੈ, ਨਾਲੇ ਮੈਂ ਪਹਿਲਾਂ ਕਹੀ ਗਈ ਆ ਵੀ ਮਾਂ ਮੈਨੂੰ ਹਜੇ ਇੰਨੀ ਛੇਤੀ ਨਾ ਵਿਆਹ, ਤੂੰ ਨਾ ਬਸ ਫਿਰ ਹੁਣ ਆਏ ਰੋਈ ਜਾਂਦੀ ਹੈ। ਲੈ ਤਾਈ ਤੂੰ ਵੀ ਉਵੇਂ ਰੋਈ ਜਾਂਦੀ ਆ, ਅਸੀਂ ਕੀ ਬਗਾਨੇ ਆ, ਅਸੀਂ ਵੀ ਤੇਰੇ ਮੁੰਡੇ ਆ। ਚੁੱਪ ਹੋ ਜਾ ਮਾਂ, ਕੋਈ ਨੀ ਮੈਂ ਛੇਤੀ ਆਉਂਗੀ। ਚੱਲ ਚੱਲ ਕੋਈ ਨੀ, ਤਾਈ ਐ ਰੋਈਦਾ ਨਹੀਂ ਹੁੰਦਾ। ਹੋਰ ਕੋਈ ਨੀ, ਤੂੰ ਇਹਨਾਂ ਦੇ ਘਰੇ ਗੇੜਾ ਮਾਰ ਲਿਆ ਕਰ, ਬਾਈ ਬਣ ਕੇ ਇੱਥੇ ਆ ਜਾ ਕਰ। ਅਸੀਂ ਆਉਣੇ ਹੁੰਦੇ ਆ ਭੈਣੇ, ਇਹਦੇ ਤੜਕੇ ਇੱਥੇ ਮੈਂ ਤਾਂ ਆਉਣਾ ਹੁੰਦਾ ਕੋਈ ਰਮਾਂ ਦੀ। ਚੱਲ ਕੋਈ ਗੱਲ ਨਹੀਂ ਮਾਂ, ਮਨ ਨਾ ਦੁਖੀ ਕਰ, ਕੋਈ ਨਹੀਂ। ਹਾਂ ਤੂੰ ਕੋਈ ਨਹੀਂ, ਦੀਦੀ ਨੂੰ ਸੁੱਖੀ ਸਾਂਦੀ ਆਪਦੇ ਘਰ ਜਾਣ ਦੋ, ਐ ਰੋ ਕੇ ਨਹੀਂ ਭੇਜੀਦਾ ਹੁੰਦਾ। ਚੰਗਾ ਕੋਈ ਨਹੀਂ, ਮੈਂ ਆ ਜਾਊਂਗੀ 2-4 ਦਿਨਾਂ ਨੂੰ ਆ ਜੀ। ਚੰਗਾ ਚੰਗਾ ਭਾਬੀ। ਹਾਂ ਕੋਈ ਨਾ ਭੈਣੇ, ਤੂੰ ਵੀ ਟੈਨਸ਼ਨ ਲੈ ਕਰ, ਮੈਂ ਮਾਂ ਕੋਲ ਗੇੜਾ ਮਾਰਦਾ ਰਹਿ ਕਰੂੰਗਾ। ਚੰਗਾ ਮਾਂ, ਚੰਗਾ ਠੀਕ, ਚੱਲ ਕੋਈ ਨੀ, ਧਿਆਨ ਰੱਖੀ, ਮੈਂ ਆ ਜੂੰਗੀ। ਚੰਗਾ ਛੇਤੀ ਤਾਈ, ਸਾਡੇ ਹੁੰਦੇ ਕਾਹਨੂੰ ਰੋਨੇ ਹੋ, ਅਸੀਂ ਵੀ ਤਾਂ ਛੋਟੇ ਬੱਚੇ ਆ। ਮੈਨੂੰ ਛੇਤੀ ਫੋਨ ਕਰ ਦੀ ਜਾ। ਹਾਂ ਮਾਂ, ਮੈਂ ਛੇਤੀ ਫੋਨ ਕਰ ਦੂੰ ਤੈਨੂੰ। ਕੋਈ ਬਾਏ ਮਾਂ, ਬਾਏ ਬਾਏ ਬਾਏ। ਲੈ ਤਾਈ ਤੂੰ ਹੁਣ ਕਿਉਂ ਰੋਨੀ ਹੈ, ਅਸੀਂ ਰੋਨੇ ਆ। ਲੈ ਚੱਲ ਟੈਂਪਲ ਅੰਦਰ ਲੈ ਕੇ ਚੱਲ ਤਾਈ। ਚਲ ਆ ਜਾ ਤਾਈ। ਬੁਰਾ ਹਾਲ ਕਰ ਲੇਗੀ, ਅਸੀਂ ਕਿਹੜਾ ਬਗਾਨੇ ਆਗੇ। ਜੇ ਤੇਰਾ ਨਹੀਂ ਜੀ ਲੱਗਦਾ ਤਾਂ ਅਸੀਂ ਮੈਂ ਤੇ ਡਿੰਪਲ ਦੋਨੇ ਤੇਰੇ ਕੋਲ ਇੱਥੇ ਆ ਜਾ ਕਰਾਂ, ਰਾਤ ਨੂੰ ਪੈ ਜਾ ਕਰਾਂਗੇ। ਹੋਰ ਉਹ ਤਾਂ ਪੁੱਤ ਠੀਕ ਹੈ, ਪਰ ਚੰਦਰੀ ਮੇਰਾ ਕਾਲਜਾ ਕੱਢ ਕੇ ਲੈ ਜਾਂਦੀ ਹੈ। ਤਾਈ ਹੁਣ ਕੀ ਕਰ ਸਕਦੇ ਆ, ਧੀਆਂ ਨੇ ਤਾਂ ਆਖਰ ਨੂੰ ਆਪਣੇ ਘਰੇ ਜਾਣਾ ਹੀ ਹੁੰਦਾ ਆ,
जे वो तेरी धी एक चली गई है तो दूजी धी तेरे को हैगी है ना। मेनू पता ओदा भी उत्थे चित नहीं लगता, आपदे प्यो नू बड़ा याद करदी है, बुस बुस करदी गई है ओवी। लै ताई जदों हुण तू ही रो पैंदी है कि फिर ओदा तां मन दुखी होणी हैगा, तू हस के तोरया कर, ओ भी आपदे घरे समझदी सहुरे घर खुश रहे। होर ताई नाले ओनू चंगीआं गल्लां समझाया कर भी अपने घर प्यार नाल वसणा आ। नहीं पुत, हाए तां न्याणी बाली सियाणी आ ओ, मेनू पता मेरी धी मेनू कोई लांबा नहीं दवाउंदी। मैं ता कहनी है ताई फिर जदों तुसीं रोण लग जांदे फिर बार बार ओदा चित इधर नूं हुंदा। नाले बाकी ताई हुण ओदा घर तां असली तो उही रहूगा जिथे बैहेगी, हुण रोज रोज तां नहीं इत्थे आया करूगी। चल वधिया सत अठ दिन ला गई, चल बाई दुबारे मिला के लाऊंगा, फिर एक दस दिनां नूं आजूगी, फिर की होगा। बाकी जीत तैनूं इत्थे लाउणा पूरा साडे नाल ही होणा। ओ तां पुत ठीक है, असली बच्चे तां हुण तेरे ताई ऐसी आ जिहड़े तेरे कोल रहिंदे आ। तूं एवें ही फिकर करी जांदी होर तूं ऐ कर डिंपल ताई नु चाह पिया दे। हाँ, मैनू पिया दे घुट का। चल ताई बैठो, मैं चाह लिया नहीं बना के। ताई तू एवें ना फिकर करया कर, मैं भी तेरे जवाकां वर्गी हैगा, सारी बाही मैं सामी आंदागा, तैनू टेंशन काहदी हैगी। डिंपल इत्थे तेरे कोल आ जाया करूगी, जे तेरा नहीं जी लगदा तां तू साडे कोल रहण लग जा उत्थे। पुत्तो तां गल ठीक है पर मावां धीआं दी सांझ इहो जी हुंदी है। ओह तां मानदा मैं तेरी गल, मेरे कोई सारे नहीं, मेरा जी नहीं लगदा ओहदे बिना। हक अपना गा, तू माड़े नेड़े लग के रहा कर। मैं जी बथेरा मिठा होके रहनी है ताई नाल, ते नाले माड़े मोटे गोडे गाडे घुट रहा कर, जे सेवा करांगे फेर ही मेवा मिलू आपां नूं। नाले मेरी गल सुन लै, एक होर ਜਿੰਨਾ ਤਾਈ ਦੇ ਘਰੇ ਮੇਵਾ ਪੈਣਾ ਉਹਨੇ ਤਾਂ ਆਪਣੇ ਲਾਣੇ ਚ ਨਹੀਂ ਗਾ। ਮੈਂ ਤਾਂ ਉਹੀ ਗੱਲ ਸੋਚਦੀ ਰਹਿੰਦੀ, ਇਸੀ ਮੇਵੇ ਪਿੱਛੇ ਤਾਂ ਮੈਂ ਫਿਰਦੀ ਹਾਂ। ਤਾਈ ਤਾਂ ਜੇ ਕਿਤੇ ਮੈਨੂੰ ਕਹਿ ਦੇ ਨਾ ਵੀ ਲੱਤਾਂ ਘੁੱਟਦੇ ਆ, ਕੰਮ ਕਰਦੇ, ਕੱਪੜੇ ਧੋਦੇ, ਮੈਂ ਤਾਂ ਸਾਰਾ ਕਰਨ ਨੂੰ ਤਿਆਰ ਹਾਂ। ਫੇਰ ਹੀ ਮਿਲੂ, ਮੇਰੀ ਹੁਣ ਐਡੀ ਉਮਰ ਹੋ ਗਈ, 28-30 ਸਾਲ ਦਾ ਹੋ ਗਿਆ। ਮੈਂ ਤੇ ਮਾਂ ਨੇ ਤਾਂ ਉਹ ਗੱਲਾਂ ਵੀ ਲੁੱਟ ਕੇ ਖਾ ਗਏ। ਇਹਦਾ ਆਵਣ ਉਦੋਂ ਹਿਸਾਬ ਕਿਤਾਬ ਲੈਂਦੀ ਸੀ ਤਾਂ ਬਚਤ ਰਹੇਗੀ। ਇਹਦਾ ਹੁਣ ਜੇ ਨਹੀਂ ਅੱਜ ਨੂੰ ਆਪਾਂ ਹਿੱਸੇ ਦੇ ਬਾਹਰ ਬਹੁਣੇ ਸਾਰੇ ਇਹਨਾਂ ਦਾ, ਇਹਦਾ ਵਿੱਚ ਦਿਲ ਦੇ ਵਿੱਚ ਵੜ ਕੇ ਬਹੁਣੇ ਆ। ਬਣੇਗੀ ਤੇਰੀ ਵੀ ਮੈਂ ਧੀਆਂ ਗਈ, ਜਿਹੜਾ ਦਿਲ ਚ ਬਣੇਗੀ ਫੇਰ ਕੁਛ ਮਿਲੂ। ਮੇਰੀ ਗੱਲ ਸੁਣਨ ਨਾਲ ਇੱਕ ਹੋਰ, ਹੁਣ ਤਾਂ ਰੁਪਈਆ ਵੀ ਹਿਸਾਬ ਤਾਂ ਵੀ ਆਪਣੇ ਹੱਥ ਚ ਹੋਊ ਸਾਰਾ ਕੁਛ, ਕਿੰਨਾ ਮਰਜ਼ੀ ਵਰਤੀ ਗਈ। ਸਹੀ ਗੱਲ ਆ ਜੀ, ਹੁਣ ਤਾਂ ਬਾਲਾ ਪਿਆਰ ਮੈਂ ਇਹਨੂੰ ਬਸ ਚ ਕਰਨਾ ਪੈਣਾ। ਜੇ ਤੈਨੂੰ ਕੁਛ ਕਹਿੰਦੀ ਹੈ ਨਾ ਤੂੰ ਚੁੱਪ ਕਰਕੇ ਕਹਿ ਦਿਆ ਕਰ, ਕਹਿੰਦੇ ਤਾਈ ਚਾਹੇ ਮੇਰੇ ਤਾਂ ਲੱਪੜ ਮਾਰ ਲਾ, ਮੈਂ ਤਾਂ ਤੇਰੀ ਧੀਆਂ ਵਰਗੀ ਹੈ ਜੀ। ਸਹੀ ਗੱਲ ਹੈ ਜੀ, ਮੈਂ ਤੁਹਾਨੂੰ ਇਹ ਗੱਲ ਕਹੂੰਗੀ ਵੀ ਇੱਕ ਕਿਉਂ ਮਾਰਨਾ, ਦੂਜੇ ਤੇ ਵੀ ਮਾਰ। ਮੈਂ ਹੁਣ ਮੈਂ ਕਿੰਨਾ ਕੁ ਨੇੜੇ ਲੱਗਾ, ਅਕਸ਼ ਨੂੰ ਹੱਕ ਤਾਂ ਤੇਰੀ ਹੈ ਨਾ, ਉਹਦੇ ਕੋਲੇ ਦਿਨੇ ਗੇੜਾ ਮਾਰ ਜਾ ਕਰ, ਹੱਥ ਨੇ ਗੇੜਾ ਮਾਰ ਜਾ ਕਰ, ਤਾਈ ਤੋਂ ਮਾਂ ਮਾਂ ਕਹਿਣ ਲੱਗ ਜਾ। ਸਹੀ ਗੱਲ ਆ ਤੁਹਾਡੀ, ਤਾਂ ਹੀ ਸਭ ਕੁਛ ਆਪਣੇ ਕਬਜ਼ੇ ਚ ਆਊਗਾ। ਤੇ ਹੋਰ ਚਲੋ ਕੋਈ ਗੱਲ ਨੀ, ਹੌਲੀ ਬੋਲੋ ਕਿਤੇ ਐਵੇਂ ਸੁਣਦੀ ਹੋਵੇ। ਚਲੋ ਜਾਓ ਤੁਸੀਂ, ਮੈਂ ਚਾਹ ਲੈ ਕੇ ਆਉਂਦੀ ਹਾਂ। ਚੰਗਾ ਨਾਲੇ ਕੁਛ ਖਾਣ ਨੂੰ ਚੱਕ ਲਈ ਮੜਾ ਨਾ ਬਰਾਉਣਾ ਜਾ ਕੇ। ਚੰਗਾ ਠੀਕ ਆ। ਭਾਈ ਕਿੱਧਰ ਗਏ ਸੀ, ਨਾ ਚਾਹ ਨਾ ਪਾਣੀ? ਉਹ ਬਾਪੂ ਕਿਤੇ ਨੀ ਗਏ ਸੀ, ਤਾਂ ਇੱਕ ਘਰੇ ਗਏ ਸੀਗੇ, ਉਹ ਆਮਣ ਆਈ ਹੋਈ ਸੀ ਨਾ, ਉਹ ਗਏ ਸੀ, ਤਾਂ ਬਗ ਗਏ ਉੱਥੇ। ਬਗ ਵੀ ਗਈ, ਐਤਕੀ ਸਹੁਰੀ ਮਿਲ ਕੇ ਨੀ ਗਈ ਮੈਨੂੰ। ਉਹ ਮਿਲ ਕੇ ਤਾਂ ਕੀ ਜਾਣਾ ਸੀ ਡੈਡੀ ਜੀ, ਤੁਹਾਨੂੰ ਪਤਾ ਹੀ ਹੈ ਦੀਦੀ ਜਦੋਂ ਜਾਂਦੀ ਹੈ ਤਾਈ ਤਾਂ ਫਿਰ ਰੋਂਦੀ ਨਹੀਂ ਹਟਦੀ। ਉਹ ਤੁਸੀਂ ਰੋਣ ਤੋਂ ਕੀ ਟਿੰਡੀਆਂ ਲੈਣੀਆਂ ਨੇ, ਤੂੰ ਆਪਦਾ ਮੌਕਾ ਸੰਭਾਲ ਪੁੱਤ। ਮੌਕਾ ਤਾਂ ਬਥੇਰਾ ਸੰਭਾਲਦੇ ਆ, ਹੁਣ ਵੀ ਉਹਨੂੰ ਚਾਹ ਪਾਣੀ ਦੇ ਕੇ ਆਏ ਆ, ਉਹਦੇ ਦਿਲ ਚ ਪੂਰੀ ਬੜਨ ਦੀ ਕੋਸ਼ਿਸ਼ ਕਰਦੇ ਆ। ਹਾਂ ਤੇਰੀ ਮਾਂ ਵਾਂਗੂ ਰਹੋ, ਜੇ ਉਹ ਅੱਜ ਨੂੰ ਜਾਉਂਦੀ ਹੁੰਦੀ ਨਾ, ਅੱਜ ਨੂੰ ਤਾਂ ਪੜਾਕਾ ਪਾਇਆ ਹੁੰਦਾ, ਸਾਰਾ ਕੁਛ ਆਪਣੇ ਕਬਜ਼ੇ ਚ ਹੋ ਗਿਆ ਹੁੰਦਾ। ਸਹੀ ਗੱਲ ਹੈ ਡੈਡੀ ਜੀ, ਮੈਂ ਤਾਂ ਆਪ ਉਹਦੇ ਕੋਲ ਬੈਠੀ ਵੀ ਅਸੀਂ ਤਾਈ ਨਾਲ ਇਹੀ ਗੱਲਾਂ ਕਰੀ ਜਾਂਦੇ ਸੀ ਵੀ ਭਾਈ ਜੇ ਤੇਰੇ ਦਿਲ ਨੂੰ ਬਾਹਲਾ ਕੁਛ ਹੌਲਾ ਹੁੰਦਾ, ਦਿਲ ਰੋਂਦਾ ਤਾਂ ਸਾਡੇ ਕੋਲ ਆ ਜਾਇਆ ਕਰ, ਰਾਤ ਵੀ ਸਾਡੇ ਕੋਲ ਪੈ ਜਾਇਆ ਕਰ। ਉਹ ਨਾ ਇੱਧਰ ਪਊ, ਤੁਸੀਂ ਉੱਧਰ ਵਗ ਜਾ ਕਰੋ, ਪਿਆਰ ਬਣਾ ਕੇ ਰੱਖੋ। ਐਂ ਤਾਂ ਬਾਪੂ ਮੈਨੂੰ ਸਾਰਾ ਸਮਝਾਇਆ ਹੈਗਾ, ਐਂ ਕੋਈ ਨਿਆਣੀ ਨਹੀਂ, ਇਹਨੂੰ ਸਾਰਾ ਪਤਾ ਗਾ। ਇਹ ਤਾਂ ਹੁਣ ਜਦੋਂ ਆਮਣ ਤਾਂ ਪੰਜਵੇਂ ਸੱਤਵੇਂ ਦਿਨ ਆ ਜਾਂਦੀ ਆ, ਫਿਰ ਹੀ ਦਿਲ ਚੋਂ ਨਿਕਲੂ ਉਹ ਜੇ 6-7 ਮਹੀਨੇ ਲਾਵੇ, ਤਾਂ ਇਹਨੂੰ ਮੈਂ ਕਿਹਾ ਹੈਗਾ ਵੀ ਅਸੀਂ ਆਪਾਂ ਅਸੀਂ 2-3 ਰਾਤਾਂ ਉਹਦੇ ਕੋਲ ਪੈ ਜਾਂਗੇ, ਹੌਲੀ ਹੌਲੀ ਘਰ ਬਣੂਗਾ ਇਹ, ਇੱਕੇ ਲਗਤ ਨਹੀਂ ਦਿਲ ਚੋਂ ਨਿਕਲਦੀ। ਹੁਣ ਆਮਣ ਵੀ ਤਾਂ ਇੱਥੇ ਇੰਨਾ ਟਾਈਮ ਰਹੀ ਹੈਗੀ,
ਕੁੜੀ ਸੈਕਸ਼ਨ ਨੂੰ ਦੀ ਉਹ ਤਾਂ ਹੀ ਤਾਂ ਪੁੱਤ ਮੈਂ ਕਹਿਣਾ ਵੀ ਸਾਡਾ ਉਦੋਂ ਦਾ ਕਿਰਾਇਆ ਕਿਰਾਇਆ ਤੁਸੀਂ ਪਾਣੀ ਨਾ ਫੇਰ ਦਿਓ ਉਹ ਤੂੰ ਤਾਂ ਬਾਪੂ ਬੇਫਿਕਰ ਹੋ ਜਾ ਮੈਨੂੰ ਵੀ ਤਾਂ ਚੱਸ ਹੈਗੀ ਵੀ ਰੁਪਈਏ ਵਰਤੀਏ ਜ਼ਮੀਨ ਆਊਗੀ ਹੁਣ ਇਵੇਂ ਤਾਂ ਨਹੀਂ ਮੈਂ ਤੁਰਿਆ ਫਿਰਦਾ ਗੋਲਾਂ ਦਾ ਕਰਦਾ ਤੁਰਿਆ ਫਿਰਦਾ ਸੀ ਐਂ ਤਾਂ ਮੈਨੂੰ ਪਤਾ ਤੁਹਾਡੇ ਤੇ ਵਿਸ਼ਵਾਸ ਹੈ ਤੁਹਾਡੀਆਂ ਆਸਾਂ ਤੇ ਅਸੀਂ ਪਾਣੀ ਨਹੀਂ ਫਿਰਨ ਦਿੰਦੇ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਅਸਾਂ ਬਥੇਰਾ ਪਿਆਰ ਪਾ ਕੇ ਰੱਖਦੇ ਆ ਉਹਦੇ ਨਾਲ ਬਾਪੂ ਜ਼ਮੀਨ ਤਾਂ ਜਦੋਂ ਮਿਲੂ ਮਿਲੂਗੀ ਉਹ ਦੇਖੀਓ ਜਿਹੜਾ ਉਹਦਾ ਘਰ ਬਾਰੀ ਹੁੰਜਦਾ ਗੋਦੂ ਪਹਿਲਾਂ ਤਾਂ ਬਰਿਆਦ ਰਹਿ ਕੇ ਠੀਕ ਆ ਪੁੱਤ ਠੀਕ ਆ ਹਾਂ ਤੂੰ ਐਂ ਕਰ ਬਾਪੂ ਵਾਸਤੇ ਚਾਹ ਕਰ ਤੇ ਨਾਲ ਮੈਂ ਇਹਨਾਂ ਖੇਤ ਤੇ ਮੈਂ ਤਾਂ ਚਾਹ ਪੀਂਦਾ ਨਹੀਂ ਠੀਕ ਆ ਬਾਪੂ ਨਾਲ ਤੂੰ ਵੀ ਚਾਹ ਪੀ ਕੇ ਆ ਜੀ ਮੰਗਰੀ ਚੱਲ ਆ ਜਾਂਦਾ ਮੈਂ ਕੋਈ ਨਾ ਚਾਹ ਡੈਡੀ ਜੀ ਬਣਾਉਣੀ ਹੈ ਮੈਂ ਚਾਹ ਬਣਾ ਲਾ ਪੁੱਤ ਬਣਾ ਲਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਪੁੱਤ ਹਾਂ ਤੇ ਜਿਹੜਾ ਤੈਨੂੰ ਕੰਮ ਕਿਹਾ ਸੀ ਉਹ ਕਰਿਆ ਆ ਕੰਮ ਤਾਂ ਬੀਬੀ ਮੈਂ ਕਰਕੇ ਨਹੀਂ ਆਇਆ ਕੀ ਗੱਲ ਪੁੱਤ ਫਿਰ ਆਏ ਕਿਵੇਂ ਆ ਗਿਆ ਤੈਨੂੰ ਜਦੋਂ ਫੋਨ ਹੀ ਕਰਤਾ ਸੀਗਾ ਤੂੰ ਆਪਦਾ ਕੰਮ ਤਾਂ ਕਰਕੇ ਆਉਣਾ ਸੀ ਉਹ ਲੈ ਉੱਥੇ ਕਿਹੜਾ ਉਹ ਬੈਂਕ 'ਚ ਬੈਠੇ ਨੇ ਮੈਂ ਆਖਿਆ ਚੱਲ ਫੇਰ ਕਰ ਲਾਂਗੇ ਕੋਈ ਨਹੀਂ ਕੀ ਗੱਲ ਹੋ ਗਈ ਮਾਂ ਮੈਨੂੰ ਤਾਂ ਦੱਸ ਦੋ ਕੁੜੇ ਪੁੱਤ ਗੱਲ ਕੀ ਹੋ ਗਈ ਮੈਂ ਦੱਸਦੀ ਆ ਤੈਨੂੰ ਆ ਹੁਣ ਤਾਂ ਦੇਖ ਵਿਆਹ ਕਰਕੇ ਹਟੇ ਸੀ ਮੈਂ ਆਖਿਆ ਪੁੱਤ ਤੂੰ ਉੱਥੋਂ ਲਿਆ ਤੇਰੀ ਸੱਸ ਤੋਂ ਲਿਆ ਪੈਸੇ ਆਪਾਂ ਮੋੜ ਦਿਆਂਗੇ ਫਿਰ ਕੀ ਗੱਲ ਹੈ ਚਲੋ ਉਹ ਤਾਂ ਮੰਮੀ ਕੋਈ ਗੱਲ ਨਹੀਂ ਸੀ ਫਿਰ ਤੁਸੀਂ ਦੱਸਿਆ ਨਹੀਂ ਆਪਾਂ ਮੰਮੀ ਤੋਂ ਪੈਸੇ ਲੈ ਲੈਂਦੇ ਐ ਕੀ ਕਹਿਣਾ ਸੀ ਮੰਮੀ ਨੇ ਦੋ ਮਹੀਨਿਆਂ ਨੂੰ ਆਪਾਂ ਵਾਪਸ ਕਰ ਦਿੰਦੇ ਹਾਂ ਪੁੱਤ ਓਏ ਮੈਂ ਤਾਂ ਆਖਿਆ ਚੱਲ ਕਾਹਨੂੰ ਯਾਰ ਫੇਰ ਕਹਿ ਦੇਾਂਗੇ ਆਕੇ ਫੇਰ ਕਹਿ ਦੇਾਂਗੇ ਲੈ ਇਹ ਤਾਂ ਫਿਰ ਆਏ ਉਹ ਕਰ ਦਿੰਦੇ ਮੈਨੂੰ ਪਤਾ ਮੰਮੀ ਇਹ ਤਾਂ ਚੁੱਪ ਕਰ ਗਏ ਹੁਣ ਮੇਰੀ ਮੰਮੀ ਤੁਹਾਨੂੰ ਪਤਾ ਮੈਨੂੰ ਬਾਲਾ ਮੋਹ ਕਰਦੀ ਸੀ ਬਾਲਾ ਰੋਣ ਲੱਗ ਜਾਂਦੇ ਨੇਗੇ ਇਹ ਤਾਂ ਹੀ ਨਹੀਂ ਬੋਲੇ ਹੁਣੇ ਕੋਈ ਗੱਲ ਨਹੀਂ ਮੰਮੀ ਚਿੰਤਾ ਨਾ ਕਰੋ ਤੁਸੀਂ ਕੱਲ ਨੂੰ ਜਾ ਕੇ ਮੰਮੀ ਤੋਂ ਪੈਸੇ ਲੈ ਆਓ ਮੈਂ ਫੋਨ ਕਰ ਦੂੰਗੀ ਉਹ ਮੈਂ ਨਹੀਂ ਜਾਂਦਾ ਹੈਗਾ ਤੂੰ ਕੱਲੀ ਵਗ ਜੀ ਮੈਨੂੰ ਤਾਂ ਸੰਗ ਲੱਗਦਾ ਅਗਲਾ ਆਖੂਗਾ ਇਹ ਰੋਜ਼ ਹੀ ਤੁਰਿਆ ਫਿਰਦਾ ਰਹਿੰਦਾ ਇੱਥੇ ਉੱਤੇ ਕੱਲੀ ਕਿਵੇਂ ਜਾਊਗੀ ਤੂੰ ਨਾਲ ਵਗ ਜੀ 2 ਘੰਟੇ ਨਾਲੇ ਰਿਸ਼ਤੇਦਾਰੀਆਂ ਪੁੱਤ ਇਹੇ ਜੇ ਕੰਮਾਂ ਵਾਸਤੇ ਹੀ ਹੁੰਦੀਆਂ ਨੇ ਪਹਿਲ ਤਾਂ ਐਂ ਹੁੰਦੀ ਆ ਪੁੱਤ ਆਪਾਂ ਉਧਰ ਉਧਰ ਹੀ ਦੇ ਲੈਂਦੇ ਆ ਚੀਜ਼ ਫੇਰ ਹੀ ਆਪਣੀ ਰਿਸ਼ਤੇਦਾਰੀ ਬਣਦੀ ਹੈ ਮੰਮੀ ਜੀ ਉਹ ਤਾਂ ਮੰਮੀ ਕੁਝ ਕਹਿੰਦੇ ਹੀ ਨਹੀਂ ਹੈਗੇ ਭਲਾ ਮੰਮੀ ਨੇ ਕਿਹਨੂੰ ਦੇਣਾ ਮੰਮੀ ਦੀ ਕੱਲੀ ਕੱਲੀ ਤਾਂ ਮੈਂ ਹੈਗੀ ਆ ਫੇਰ ਵੀ ਕੀ ਗੱਲ ਸੀ ਜੇ ਇਹ ਕਹਿੰਦੇ ਤਾਂ ਮੰਮੀ ਅੱਜ ਹੀ ਕਹਿੰਦੀ ਵੀ ਆੜਤੀਆਂ ਨੂੰ ਫੜ ਕੇ ਲੈ ਜਿਓ ਮੈਂ ਤਾਂ ਆਪੇ ਫੜ ਲਿਆਂਗੀ ਆੜਤੀਆਂ ਨੂੰ ਕੋਈ ਗੱਲ ਨਹੀਂ ਜੀ ਆਪਾਂ ਕੱਲ ਨੂੰ ਤੁਸੀਂ ਮੇਰੇ ਨਾਲ ਵਗ ਜਿਓ ਨਾ ਮੰਮੀ ਨੂੰ ਕਹੋ ਮੈਂ ਆਪੇ ਕਹਿ ਕੇ ਪੈਸੇ ਲੈ ਆਉਂਗੀ ਮੇਰੀ ਗੱਲ ਸੁਣ ਮੈਂ ਨਹੀਂ ਜਾਂਦਾ ਹੈਗਾ ਤੈਨੂੰ ਮੈਂ ਬੱਸ ਚੜਾ ਦੂੰਗਾ ਤੂੰ ਕੱਲੀ ਵਗ ਜੀ ਚਲੋ ਦੇਖ ਲਿਓ ਜਾ ਮੈਨੂੰ ਬੱਸ ਚੜਾ ਦਿਓ ਨਹੀਂ ਆਪਾਂ ਘੰਟੇ 'ਚ ਜਾ ਕੇ ਕੱਲ ਨੂੰ ਮੁੜ ਆਵਾਂਗੇ ਮੰਮੀ ਚਿੰਤਾ ਨਾ ਕਰੋ ਟਰੈਕਟਰ ਵਾਲਿਆਂ ਨੂੰ ਇਹ ਗੱਲ ਕਹਿ ਦਿਓ ਵੀ ਅਸੀਂ ਕੱਲ ਨੂੰ ਪੈਸੇ ਦੇ ਦਾਂਗੇ ਕੋਈ ਨਹੀਂ ਮੈਂ ਮੰਮੀ ਤੋਂ ਲੈ ਆਉਂਗੀ ਮੰਮੀ ਚੱਲ ਜੰਗਾ ਪੁੱਤ ਛਾਬਾਸ਼ੇ ਕੱਲ ਦੀ ਕੱਲ ਨਾਲ ਦੇਖਾਂਗੇ ਆਪਾਂ ਹਨਾ ਜੇ ਕੱਲੀ ਨੇ ਜਾਣਾ ਹੋਇਆ ਕੱਲੀ ਵਗ ਜੂ ਨਹੀਂ ਨਾਲ ਵਗ ਜੀ ਭਾਈ ਕੋਈ ਨਾ ਦੇਖ ਲਾਂਗੇ ਕੱਲ ਨੂੰ ਕਿਵੇਂ ਸਲਾਹ ਵਿਚਾਰ ਆਪਣੀ ਬਣੂਗੀ ਚਲ ਕੋਈ ਨਹੀਂ ਮਾਂ ਚਲ ਬੈਠੋ ਤੁਸੀਂ ਮੈਂ ਚਾਹ ਬਣਾਵਾਂ ਮਾਂ ਚਾਹ ਪੁੱਤ ਬਣੀ ਪਈ ਐ ਪਾ ਲੈ ਨਾਲ ਤਾਂ ਤੂੰ ਪੀ ਲੈ ਨਾ ਰਾਜ ਨੂੰ ਪਿਆ ਦੇ ਠੀਕ ਆ ਮਾਂ ਚੰਗਾ ਬਸ ਮੈਂ ਭਾਂਡੇ ਮਾਂਜਣੀ ਲੱਗਦੀ ਸੀ ਮੈਂ ਡਿੱਕਣ ਲੱਗੀ ਸੀ ਉਹਨੂੰ ਮਹਲਾਉਣ ਵਾਲੇ ਹੋਣਗੇ ਹੁਣ ਤਾਂ ਚਲ ਮਾਂ ਕੋਈ ਨਹੀਂ ਹੁਣ ਤੂੰ ਬਾਲਾ ਨਾ ਬੋਲੀ ਇਹ ਕੱਲ ਨੂੰ ਲੈ ਆਊਗੀ ਪੈਸੇ ਆਪੀ ਨਾ ਪੁੱਤ ਮੈਂ ਤਾਂ ਕੀ ਬੋਲਣਾ ਹਾਂ ਨਹੀਂ ਨਹੀਂ ਮੈਂ ਕੁਝ ਨਹੀਂ ਕਹਿੰਦੀ ਹਾਂਗੀ ਤੇ ਚੱਲ ਆਇਆ ਪੁੱਤ ਆਪਣਾ ਡੰਗਾ ਸਰ ਜੂਗਾ ਚਲ ਕੋਈ ਨਹੀਂ ਮਾਂ ਲੈ ਆਹ ਮੋੜ ਦਿਆਂਗੇ ਤੂੰ ਹਾਂ ਕੰਮ ਜਾ ਛੱਡ ਜੇ ਚੱਲਣਾ ਤਾਂ ਫਿਰ ਚੱਲ ਹਾਂਜੀ ਚੱਲ ਚੱਲਦੇ ਆ ਫਿਰ ਮੰਮੀ ਵਗ ਜੀ ਅਸੀਂ ਹਾਂ ਪੁੱਤ ਵਗ ਜਾਓ ਆ ਤਾਂ ਮਾਪੀ ਕਰ ਲਓ ਰੁੱਟ ਟੁੱਕਦਾ ਤਾਂ ਫਿਰ ਤੁਸੀਂ ਟਾਈਮ ਨਾਲ ਮੁੜ ਵੀ ਆਉਂਗੇ ਨਾਲੇ ਹਾਂ ਮਾਂ ਚੱਲ ਕੋਈ ਗੱਲ ਨਹੀਂ ਫਿਰ ਬਾਅਦ ਚੱਲਦੇ ਆ ਮੈਂ ਮਾਂ ਨੂੰ ਫੋਨ ਵੀ ਨਹੀਂ ਕੀਤਾ ਸੀਗਾ ਫਿਰ ਇਹ ਨਹੀਂ ਪਤਾ ਆੜਤੀਏ ਤੇ ਜਾਣਾ ਪਵੇ ਹੋਰ ਸਹੀ ਗੱਲ ਹੈ ਪੁੱਤ ਪਹਿਲਾਂ ਤਾਂ ਰਾਜ ਕਹਿੰਦਾ ਸੀ ਮੈਂ ਕੱਲੀ ਨੂੰ ਚੜਾਇਆ ਆਉਣਾ ਬਸ ਮਾਂ ਨਾ ਪੁੱਤ ਨਵਾਂ ਨਵਾਂ ਵਿਆਹ ਹੋਇਆ ਕੱਲੀ ਕਿੱਧਰ ਜਾਊਗੀ ਤੂੰ ਨਾਲ ਜਾ 2 ਘੰਟਿਆਂ 'ਚ ਮੁੜ ਆਉਂਗੇ ਹੋਰ ਮਾਂ ਪਤਾ ਤੈਨੂੰ ਨਹੀਂ ਪਤਾ ਉੱਥੇ ਚਾਚੇ ਕਹਿੰਦੇ ਮੇਰੀ ਮਾਂ ਤਾਂ ਬਾਹਲੀ ਸ਼ਰਮ ਮੰਨਦੀ ਹੈ ਜੇ ਮੈਂ ਕੱਲੀ ਵਾ ਗਈ ਪਹਿਲਾਂ ਤਾਂ ਮੇਰੀ ਮਾਂ ਨੂੰ ਹੀ ਹੌਲ ਪੈ ਜੂ ਪਤਾ ਨਹੀਂ ਕਾਹ ਤੋਂ ਕੱਲੀ ਆ ਗਈ ਸਹੀ ਗੱਲ ਹੈ ਪੁੱਤ ਹਾਂ ਚੰਗਾ ਚੰਗਾ ਮਾਂ ਫਿਰ ਜਾ ਚੰਗਾ ਕੋਈ ਨਾ ਪੁੱਤ ਜਾਂਦੀ ਬਸ ਦੀ ਰਹਿ ਚੰਗਾ ਜਾਓ ਠੀਕ ਆ ਮਾਂ ਚੰਗਾ ਹਾਂਜੀ ਚੰਗਾ ਪੁੱਤ ਜਾਓ ਚੰਗਾ ਚਾ ਪਾ ਕੇ ਹੁਣ ਰੋਟੀ ਟੁੱਕ ਜਾ ਕਰ ਲਾਂਦਾ ਬਾਦਾ ਬਸ ਇੰਨੇ ਆ ਜਾਣਗੇ 2 ਘੰਟਿਆਂ ਚ ਪਾਗ ਬਾਨੇ ਕੀ ਬਣਾਈ ਇੰਨੀ ਐ ਕੁਛ ਨਹੀਂ ਬਣਾਉਂਦੀ ਦਾ ਰੋਟੀ ਦਾ ਕਰਦੀਆਂ ਲਖਣ ਛਿੱਲੀ ਜਾਂਦੀ ਸੀ ਉਹ ਜਵਾਹ ਇਹ ਕਿੱਧਰ ਤੋਰ ਦਿੱਤੇ ਤੜਕੀ ਤੜਕੀ ਜਵਾਹ ਗਿਆ ਮੁੰਡਾ ਸੋਹਰੀ ਕੱਲ ਤਾਂ ਜਾ ਕੇ ਆਇਆ ਉੱਥੇ ਰੋਜ਼ ਕੀ ਆਂਡੇ ਰੱਖੇ ਨੇ ਬਈ ਆਂਡੇ ਨਹੀਂ ਉੱਥੇ ਤਾਂ ਸਿਉਨੇ ਦੇ ਆਂਡੇ ਦੇਣ ਵਾਲੀ ਮੁਰਗੀ ਐ ਐਂ ਕਹੇ ਉਹ ਕਮੇ ਮੇਰੀ ਗੱਲ ਸੁਣ ਕੱਲ ਤਾਂ ਆਏ ਸੀ ਹੂੰ ਮੈਂ ਉਹਨੂੰ ਕਿਹਾ ਬਹੂ ਨੂੰ ਅੱਛਾ ਮਹਾ ਭਾਈ 2 ਲੱਖ ਰੁਪਏ ਦੀ ਲੋੜ ਹੈ ਹੂੰ ਟਰੈਕਟ ਵਾਲੇ ਮੇਰੇ ਤਾਂ ਘਰੇ ਬੇਇੱਜ਼ਤੀ ਕਰਕੇ ਗਏ ਨੇ ਜਿਹੜਾ ਟਰੈਕਟ ਜਹਾਜ਼ ਲੈ ਕੇ ਖੜਾਇਆ ਰਾਜ ਨੇ ਅੱਛਾ ਉਹ ਤਾਂ ਝੱਟ ਦੇਣੇ ਮੰਨ ਗਈ ਲੈ ਫਿਰ ਤਾਂ ਟਰੈਕਟ ਫ੍ਰੀ ਜੀ ਰਹਿ ਗਿਆ ਆਪਾਂ ਨੂੰ ਵੇ ਹੋਰ ਮੇਰੀ ਗੱਲ ਫ੍ਰੀ ਚ ਤਾਂ ਕਿੱਥੇ ਰਹਿ ਗਿਆ 4 ਲੱਖ ਦਾ ਹੈ ਫਿਰ ਵੀ 2 ਤਾਂ ਆਪਾਂ ਨੂੰ ਪੱਲੋਂ ਦੇਣਾ ਪਊਗਾ 4 ਦਾ ਲਿਆਏ ਆ ਅੱਛਾ ਤੇ ਫਿਰ ਦੇਖੀ ਨਾ ਭਾਈ ਫਿਰ ਮੈਂ ਆਖਿਆ ਮਹਾ ਚੱਲ ਤੜਕੇ ਵਗ ਜਿਓ
ਪਹਿਲਾਂ ਤਾਂ ਰਾਜ ਕਹਿੰਦਾ ਕੱਲੀ ਨੂੰ ਚੜਾ ਦਿੰਦਾ ਬਸ। ਅੱਛਾ ਮਹਾਂ ਵੀ ਕੱਲੀ ਨੂੰ ਨੀ ਭਾਈ, ਤੂੰ ਨਾਲ ਜਾ, ਨਵੀਂ ਨਵੀਂ ਵਿਆਹੀ ਹੈ, ਦੋ ਘੰਟੇ ਚ ਮੁੜੇ ਆਉਂਗੇ। ਸਹੀ ਗੱਲ ਆ। ਹਾਂ ਕੱਲਾ ਕੱਲਾ ਜਮਾਈ ਹੈ, ਬਥੇਰੀ ਉਕਰ ਆਦਰ ਕਰਦੇ। ਉਹ ਮੈਥੋਂ ਸਿੱਖ ਸਿੱਖ ਮੈਂ ਲੈ ਤੂੰ ਵੀ ਸਿਆਣੀ ਹੋ ਗਈ ਬਹੁਤ ਹੁਣ ਨਾ। ਮੁੰਡੇ ਨੂੰ ਰਿਸ਼ਤੇ ਤਾਂ ਬਹੁਤ ਹੁੰਦੇ ਸੀ, ਮੈਂ ਵੀ ਫਿਰ ਜ਼ਮੀਨ ਵਾਲੀ ਕੁੜੀ ਦੀ ਲਿਆ। ਜ਼ਮੀਨ ਵਾਲੀ ਕੁੜੀ ਤਾਂ ਜੇ ਮੈਂ ਹਾਂ ਕਰੀਏ ਫੇਰ ਹੀ ਲਿਆ, ਵਿੱਚੋਂ ਵਿਚਾਲੇ ਗੱਲ ਮੇਰੀ ਹੋਈ ਸੀ, ਵਿਚੋਲੇ ਨੂੰ ਮੈਂ ਕਿਹਾ ਸੀ ਪਹਿਲਾਂ ਜਿਸ ਤੇ ਜ਼ਮੀਨ ਵਾਲੀ ਕੁੜੀ ਦਾ ਰਿਸ਼ਤਾ ਲਵਾਂਗੇ ਤੇ ਇੱਥੋਂ ਸਿਆਣੀ ਜ਼ਿਆਦੇ ਆ। ਕੁੜੀ ਦਾ ਕੱਦ ਮਾਦਰਾ, ਕੁੜੀ ਦਾ ਰੰਗ ਕਾਲਾ, ਹੁਣ ਤੈਨੂੰ ਸਿਉਣੇ ਵਰਗੀ ਲੱਗਦੀ ਆ। ਉਹ ਲੱਗਦੀ ਆ ਸਿਉਣੇ ਵਰਗੀ, ਸਿਉਣੇ ਵਰਗੀ ਉਹ ਨੀ ਲੱਗਦੀ, ਉਹਦਾ ਪੈਸਾ ਲੱਗਦਾ। ਇਹੋ ਜਿਹੀਆਂ ਤਾਂ ਮੇਰੇ ਪੁੱਤ ਮਾਂਗਰ ਚਾਲੀ ਫਿਰਦੀਆਂ ਸੀ, ਮੈਂ ਤੈਨੂੰ ਦੱਸਾਂ ਗੱਲ, ਉਹ ਤਾਂ ਜਿਹੋ ਜਿਹੀ ਹੈਗੀ ਆ ਕਾਲੀ ਕਲੋਟੀ ਉਹੋ ਜਿਹੀ ਰਹੂਗੀ, ਪਰ ਉਹਦੇ ਉਹ ਮਿੱਠੀ ਮੈਨੂੰ ਕਿਉਂ ਲੱਗਦੀ ਹੈ? ਉਹਦੇ ਪੈਸੇ ਨਾਲ ਲੱਗਦੀ ਹੈ। ਉਹ ਤੂੰ ਤਾਂ ਬੜੀ ਚਲਾਕ ਲੂੰਬੜੀ ਹੈ, ਮੈਨੂੰ ਤਾਂ ਅਸੀਂ ਮੈਂ ਹੀ ਚਲਾਕ ਹਾਂ। ਉਹ ਮੇਰੀ ਗੱਲ ਸੁਣ, ਨਾਲੇ ਗੱਲ ਮੜੀ ਧਿਆਨ ਨਾ ਕਰਿਆ ਕਰ, ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕੰਧਾਂ ਦੇ ਵੀ ਕੰਨ ਹੁੰਦੇ ਨੇ, ਮਾੜਾ ਜਿਹਾ ਵਕਤ ਵਿਚਾਰੀਏ। ਚੰਗਾ ਮੈਂ ਖੇਤ ਵਗੇੜਾ ਮਾਰਿਆ, ਮੈਂ ਤੂੰ ਬਣਾ ਦਾਲ ਸਬਜ਼ੀ। ਚੰਗਾ ਵਗ ਜਾ ਵਗ ਜਾ, ਮੈਨੂੰ ਸਮਝਾਉਂਦਾ ਹੈਗਾ, ਵੱਡਾ ਬਣਦਾ ਹੈਗਾ ਚਲਾਕ ਹੈ। ਸਤਿ ਸ਼੍ਰੀ ਅਕਾਲ ਮਾਂ। ਬੁਖਾਰ ਚੜਿਆ ਪਿਆ, ਮੈਂ ਮਰ ਜਾ। ਫਿਰ ਦਵਾਈ ਲੈਤੀ ਕੋਈ? ਦਵਾਈ ਲਈ ਆ ਪੁੱਤ, ਮੈਂ ਤੈਨੂੰ ਤਾਂ ਨੀ ਦੱਸਿਆ। ਮੈਂ ਫਿਰ ਫਿਕਰ ਕਰੇਗੀ? ਮੈਂ ਫਿਰ ਐ ਨਾ ਕਰਿਆ ਕਰ, ਫੋਨ ਕਰ ਦਿਆ ਕਰ, ਅਸੀਂ ਆਉਂਦੇ ਹੋਏ ਦਵਾਈ ਲਿਆਉਂਦੇ। ਕੋਈ ਨੀ ਚਲ, ਹੁਣ ਅਸੀਂ ਆ ਗਏ, ਤੁਹਾਨੂੰ ਦਵਾਈ ਵੀ ਦਵਾ ਦਿਆ। ਮਾਂ ਮੇਰੀ ਗੱਲ ਸੁਣ, ਤੂੰ ਬੈਠ ਮਾਂ ਕੋਲੇ ਤੇ ਮੈਂ ਆਉਣਾ, ਠੀਕਾ? ਮੇਰੀ ਗੱਲ ਸੁਣੋ, ਚਾਹ ਪਾਣੀ ਤਾਂ ਪੀਜੋ ਤੁਸੀਂ। ਨਾ ਨਾ ਚਾਹ ਨੀ ਮੈਂ ਪੀਣੀ, ਤੈਨੂੰ ਪਤਾ ਹੀ ਆ ਘੱਟ ਹੀ ਪੀਣਾ ਮੈਂ। ਚਾਹ ਕੋਈ ਨੀ ਮਾਂ, ਉਹ ਇਹਨਾਂ ਨੂੰ ਤਾਂ ਕੰਮ ਸੀਗਾ ਇੱਥੇ ਕੋਈ, ਤਾਂ ਆ ਗਈ। ਮਾਂ ਮੇਰੀ ਗੱਲ ਸੁਣ, ਮੈਂ ਤਾਂ ਇਹ ਕਹਿੰਦੀ ਸੀ, ਮੈਂ ਤਾਂ ਇੱਕ ਛੋਟਾ ਜਿਹਾ ਕੰਮ ਆਈ ਸੀ ਤੇਰੇ ਕੋਲ। ਟਰੈਕਟਰ ਲਿਆ ਸੀ, ਆ ਵਿਆਹ ਤੇ ਖਰਚਾ ਵਾਲਾ ਹੋ ਗਿਆ। ਮੰਮੀ ਕਹਿਣ ਲੱਗ ਗਏ, ਕਹਿੰਦੇ ਕਿ ਨਾ 2 ਲੱਖ ਰੁਪਏ ਪਿੱਛੇ ਨਾ ਟਰੈਕਟਰ ਵਾਲੇ ਬਾਹਰ ਜਲੂਸ ਕੱਢ ਕੇ ਗਏ ਨੇ, ਕਹਿੰਦੀ ਜੇ ਤੇਰੀ ਮੰਮੀ ਤੋਂ 2 ਮਹੀਨੇ ਵਾਸਤੇ ਧਾਰੇ ਲੈ ਲਈ। ਮਹਾ ਚੱਲ ਕੋਈ ਗੱਲ ਨੀ, ਐ ਤਾਂ ਨੀ ਮੇਰੀ ਮੰਮੀ ਮਖਾ ਜਵਾਬ ਦਿੰਦੀ, ਕੋਈ ਨੀ ਲੈ ਆਉਣੇ। ਚੱਲ ਕੋਈ ਨਾ ਪੁੱਤ, ਆਪਣੀ ਨਵੀਂ ਨਵੀਂ ਸਕੀਰੀ ਪਈ ਹੈ, ਨਾਲੇ ਜਵਾਬ ਦਿੰਦੇ ਆਪਾਂ ਥੋੜੀ ਚੰਗੇ ਲੱਗਦੇ। ਨਾਲੇ ਮੇਰੀ ਗੱਲ ਸੁਣਦੀ, ਤੇਰੇ ਬਿਨਾ ਮੈਂ ਪੈਸੇ ਕੀ ਕਰਨੇ, ਮੈਂ ਤਾਂ ਤੈਨੂੰ ਹੀ ਦੇਣੇ, ਚੱਲ ਤੁਹਾਨੂੰ ਲੋੜ ਹੈ ਲੈ ਜਾ, ਕੋਈ ਗੱਲ ਨੀ। ਹਾਂ ਮਾਂ ਮੈਨੂੰ ਇਹੀ ਸੀਗਾ, ਮੈਨੂੰ ਪਤਾ ਸੀਗਾ ਵੀ ਚੱਲ ਪੈਸੇ ਤਾਂ ਪਏ ਨੀ ਗੇ ਵੀ ਮੈਂ ਲੈ ਜਾਊਂਗੀ, ਫਿਰ ਮਨਾ ਕਰਨਾ ਮੈਨੂੰ ਔਖਾ ਹੋ ਗਿਆ। ਮਾਂ ਨਵੀਂ ਨਵੀਂ ਰਿਸ਼ਤੇਦਾਰੀ ਆ, ਬਾਕੀ ਫਿਰ ਇਹਨਾਂ ਦਾ ਜੋ ਜਲੂਸ ਨਿਕਲਦਾ ਫਿਰ ਉਹ ਚੀਜ਼ ਵੀ ਵਧੀਆ ਲੱਗਦੀ ਹੈ ਨਾ। ਕੋਈ ਨੀ, ਮੈਂ ਤਾਂ ਹਲੇ ਸੋਚੀ ਜਾਂਦੀ ਸੀ, ਮੈਂ ਕਿਹਾ ਕਿਸੇ ਨਾਲ ਲਿਆ ਕੇ ਬੈਂਕ ਚ ਜਮਾ ਕਰਾਇਆ, ਮੰਮਾ ਕਹਿੰਦੇ ਇੰਨੇ ਬੜਾ ਕੰਮ ਘਰੇ ਕਾਹਨੂੰ ਰੱਖਣੀ ਹੈ। ਅੱਛਾ ਹਿੱਸੇ ਵਾਲੇ ਪੈਸੇ ਦੇ ਗਿਆ ਸੀਗਾ ਉਹ? 2 ਲੱਖ ਪੁੱਤ ਪਿਆ ਹੈਗਾ ਘਰੇ। ਅੱਛਾ ਅੱਛਾ ਠੀਕ ਆ ਮਾਂ, ਚੱਲ ਕੋਈ ਨੀ, ਨਾਲੇ ਇਹ ਵੀ ਗੱਲ ਤੇਰੀ ਸਿਆਣੀ ਆ, ਘਰੇ ਇੰਨੇ ਪੈਸੇ ਨਾ ਰੱਖਿਆ ਕਰ, ਹੁਣ ਤਾਂ ਤੂੰ ਕੱਲੀ ਹੋਈ ਹੈਗੀ, ਐਵੇਂ ਫਿਰ ਪੰਗਾ ਪੈ ਜਾਂਦਾ ਹੁੰਦਾ ਕੋਈ, ਤੈਨੂੰ ਨੀ ਪਤਾ ਅੱਜ ਕੱਲ ਵਾਲੀਆਂ ਚੋਰੀਆਂ ਠੱਗੀਆਂ ਹੋਈ ਜਾਂਦੀਆਂ। ਕੋਈ ਤਾਂ ਹੈ ਪੁੱਤ, ਬਸ ਬੇੜਾ ਵਕਤ ਮਾੜਾ ਹੈਗਾ। ਚੱਲ ਮੇਰੀ ਗੱਲ ਸੁਣ ਪੁੱਤ, ਮਾੜ ਕੇ 5-4 ਦਿਨ ਰਹਿ ਜਾ ਤੂੰ ਮੇਰੇ ਕੋਲੇ। ਚੱਲ ਕੋਈ ਨੀ ਮਾਂ, ਮੇਰੀ ਗੱਲ ਸੁਣ, ਮੈਂ ਇਹਨਾਂ ਨੂੰ ਆ ਜਾਂਦੇ ਉਦੋਂ, ਠੀਕ ਹੈ? ਜੇ ਇਹ ਮੰਨ ਗਏ ਤਾਂ ਮੈਂ 1-2 ਦਿਨ ਰਹਿ ਜਾਊਂਗੀ, ਇਹਨਾਂ ਨੂੰ ਕਹਿ ਦੂੰਗੀ ਵੀ ਚੱਲ ਤੁਸੀਂ ਪੈਸੇ ਲੈ ਜਾਓ, ਇੱਕ ਵਾਰੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ, ਕੀ ਹੈ ਮੈਨੂੰ ਛੱਡ ਜਾਣ, ਨਾਲੇ ਤੈਨੂੰ ਬੁਖਾਰ ਚੜੇ ਤਾਂ ਮੈਂ ਛੱਡ ਕੇ ਵੀ ਨਹੀਂ ਜਾ ਸਕਦੀ। ਚੱਲ ਮੈਂ ਮੜੇ ਜਾ ਠੀਕ ਹੋ ਜੂ, ਤੁਰਦੀ ਫਿਰਦੀ ਮੈਂ ਤਾਂ ਪੁੱਤ ਰੋਟੀ ਵੀ ਨਹੀਂ ਪੱਕਦੀ, ਹੁਣ ਰਾਤ ਮੈਂ ਤਾਂ ਆਈ ਦਲੀਆ ਜਿਹਾ ਬਣਾ ਕੇ ਭੋਰਾ, ਕੋਈ ਵੀ ਨਹੀਂ ਚੰਗਾ ਲੱਗਿਆ। ਆਈ ਪਈ ਵੀ ਕਿਉਂ? ਹਰਜੀਤ ਬਾਈ ਵਰਗੇ ਆਏ ਨਹੀਂ ਸੀ? ਪੁੱਤ ਆਉਂਦੇ ਤਾਂ ਹੈਗੇ ਹੈਗੇ, ਬਸ ਫਿਰ ਮੇਰਾ ਉਹੀ ਚਿੱਤ ਜਿਹੀ ਨਹੀਂ ਮੰਨਿਆ। ਚੱਲ ਕੋਈ ਨੀ, ਮੈਂ ਕਹਿੰਦਾ ਸੀ ਰੋਟੀ ਦੇ ਜਾਂਦਾ, ਮੈਂ ਕਿਹਾ ਵੀ ਮੈਂ ਖਾਣੀ ਨਹੀਂ ਹੈਗੀ, ਫਿਰ ਬਸ ਆਈ ਜੀ। ਚੱਲ ਕੋਈ ਨੀ ਮਾਂ, ਐਂ ਤਾਂ ਹੁਣ ਤੂੰ ਡਿੰਪਲ ਨਾਲ ਨਾ ਮਾੜੀ ਜੀ ਵਧੀਆ ਬਣਾ ਕੇ ਰੱਖਿਆ ਕਰ, ਐਂ ਤਾਂ ਉਹ ਵੀ ਚੰਗੀ ਕੁੜੀ ਹੈਗੀ, ਭਾਬੀ ਤੇਰਾ ਕਰਦੀ ਹੈਗੀ, ਚਾਹੇ ਕਿਵੇਂ ਵੀ ਨੀਗੇ ਪਿਆਰ ਤਾਂ ਕਰਦੇ ਨੀ ਨਾ।
चाची का मुंडा केड़ा मेथों दूर आगा है ना मेरे आप दे भरा है नी ओही मेरा भरा गा गल है पुत मैं किन्ना चिर बैठी रहा मेनू भी यही झोरा खाता है चल तू इतनी आन जोगी रह जाएगी इन्होंने वरते चल मेरी गल सुन मां हूं आपका दिल जहा हौला करी जाए कर सारा दिन तू तो करी जाने मेरा उठे ना एक मिनट भी जी नहीं लगता है आ जा हूं तू मेन चाह चू पीऊंगी नी चल चंगा बह जा चुप करके मैं लिया चाह पानी बना के ठीक है हां चंगा मां बह जा तू आराम कर ला कोई ना मैं दवाई मैं पुत्र जो मेन लगता बिना दवाई तो तू आ गई गड्डी हैगी है तेनू मैं दवाई लवा लेना तेरा बुखार उतर नहीं है पुत मेरी गल सुन तू ना चार दिन अमन नहीं छड जा मेरे को दवाई तो चल असि दोनों ले आवांगे जाके चल मां तेरी धी है चाहे चार दिन रख ला चाहे हफ्ता रख ला मैं की कहना एदे मेरी गल सुनो फिर मम्मी ने तैनू कुछ बोलना रहता मैं चार दिन जांदी सी मां भी बाली बीमार होई पई है लै तैनू मां दे सुभा दा पता तां हैगा ओह भलाई तैनू कुछ कहंदी है रह पा कोई गल नहीं ए पुछण वाली की गल है चल कोई गल नहीं फिर कपड़े तो मेरे चल इतने पई ने एक दो सूट फिर मैं एक दो दिन आजू मैं मां ही छड़ आऊंगी है ना मैं छड़ आऊंगी पुत चल कोई गल नहीं मां चल ठीक है फिर तू रह पा मैं जाना फिर चल कोई नहीं ध्यान ना जायो हाँ हाँ कोई गल नहीं फिक्र ना कर तू चंगा पहुंच के फोन कर दे हाँ चल चंगा मां फिर जाना मैं जौदा बसदा रह पुत तू जड़ा इन चार दिन छड़ गया मेरा जी लग गया ठीक है मां दवाई ले आई तू फिर चंगा है चंगा चल मां ऐ तां ये वाले चंगे नेगे इन्हां तो ना थोड़ा दर्द देखिया नहीं जांदा मैनूं जांदे होए भी करदे सी कहंदे मां दा चेहरा देख के ना मेरा तां रोण ही निकलदा ओदे मम्मी ने इहनूं पैसिआं दा कल ही कहता सीगा भी तेरी सस तो पुछिआ ही पैसे तां ही संगदिआं ने पुछिआ नहीं हैगा कहंदा मां कन्ने देख के मेरा तां रोणा निकलदा सीगा धीए मेरी गल सुण जदों तू बग जांदी ना तेरे दरेक नाल ही मैनूं तां बुखार चढ़ जांदा मैं तैनूं कदे आपदे तो दूर नहीं कीता ओ तां ठीक आ मां मैं तैनूं आख्या तां हैगा उत्थे बग जा कोई गल नहीं तू शुकर मना तेरा जवाई बथेरा चंगा गा चल हजे भी कोई मैं मोती पुन कीते सी पुत चल मैनूं इहो जिहा जवाई टक्कर गया चल बस हुण तू सारा दिन ही ना करी जाया कर तूं सुधर जू चार दिन जिहड़े हैगे पुत सौखे कढ लूं आ जा मां उहनां नूं आपां बाहर च मड़ा तोर तां लिया ऐ सोचूगा देख ला आदी धी कोले बहेगी जवाई दा भोरा चल जी खटकी है मैनूं दा आ के जवाक जे भी हना ਬੜੀ ਬੇਸਬਰੀ ਨਾਲ ਡੀਕ ਨਹੀਂ ਕਰੀ ਜਾਂਦੀ ਤੂੰ ਬੇ ਬੇਸਬਰੀ ਨਾਲ ਤਾਂ ਡੀਕ ਹੁੰਦੀ ਐ ਪੈਸੇ ਲੈਣ ਤੋਂ ਰਿਆ ਸੀਗਾ ਆਉਂਦੇ ਆ ਮੈਂ ਤਾਂ ਹਾਂ ਆਉਂਦੇ ਨੇ ਹਾਂ ਹਾਂ ਵੀ ਆ ਗਏ ਓਏ ਇੱਧਰ ਬੜੇ ਬੈਠੇ ਆ ਬਾਪੂ ਤੁਸੀਂ ਹੋਰ ਭਾਈ ਅਮਨ ਵੀ ਆਈ ਮਾਂ ਅਮਨ ਤੋਂ ਤਾਂ ਬੜੇ ਮੇ ਲੈਣੇ ਨੇ ਆ ਜਾ ਕਮਣ ਪੈਸੇ ਲੈ ਆ ਤੇ ਹੋਰ ਹੁਣ ਮੇਰੀ ਗੱਲ ਸੁਣ ਉਹਦੀ ਮਾਂ ਬਿਮਾਰ ਸੀਗੀ ਮੈਂ ਤਾਂ ਉੱਥੇ ਛੱਡਿਆ ਆ ਉਹਨੂੰ ਉਹ ਕਹਿੰਦੇ ਹਫਤਾ ਇੱਥੇ ਰਹਿ ਜਾਣਦੇ ਉਹਦੀ ਮਾਂ ਬਾਲਾ ਰੋਂਦੀ ਸੀਗੀ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਰਹਿ ਪਾ ਪੁੱਤ ਹਫਤਾ ਬਾਲਾ ਨਹੀਂ ਕਹਿਦਾ ਤਾਂ ਉਹ ਮਾਂ ਕੋਈ ਨਹੀਂ ਹੁਣ ਫਿਰ ਬੁੜੀ ਮਰਨ ਵਾਲੀ ਹੋਈ ਪਈ ਆ ਤੁਸੀਂ ਤਾਂ ਉਹੀ ਬੜਾ ਤੱਤਾ ਲੱਗਦੇ ਹੋ ਤੁਸੀਂ ਬਾਪੂ ਸਮਝਾ ਦਿਆ ਕਰਨਾ ਯਾਰ ਉਹ ਤੂੰ ਮਾਰੇ ਦਿਮਾਗ ਤੋਂ ਕੰਮ ਲੈ ਹਜੇ ਆਈ ਨੂੰ ਤੁਹਾਨੂੰ ਬਚੇਰੀ ਨੂੰ 6 ਮਹੀਨੇ ਹੋਏ ਨੇ ਤੁਸੀਂ ਬੋਝ ਕਿੱਡਾ ਪਾਈ ਨੂੰ ਜੇ ਕੱਲ ਉਹਨੂੰ ਕਿਸੇ ਗੱਲ ਦੀ ਬਿੜਕ ਲੱਗ ਗਈ ਫਿਰ ਲੈ ਲਓਗੇ ਕੁਛ ਜੇ ਜ਼ਮੀਨ ਲੈਣੀ ਹੈ ਮਾੜਾ ਜਿਹਾ ਮਿੱਠੀ ਪਿਆਰੀ ਹੋ ਕੇ ਰਹਿ ਬਈ ਐਂ ਤਾਂ ਮੈਂ ਮਿੱਠੀ ਪਿਆਰੀ ਬਥੇਰਾ ਰਹਿਨੀ ਆ ਮੈਂ ਤਾਂ ਉਹਨੂੰ ਧੀਆਂ ਤੋਂ ਵੀ ਵੱਧ ਪਿਆਰ ਕਰਦੀ ਆ ਇਹੋ ਜੀ ਨਹੀਂ ਹੈਗੀ ਮੈਂ ਐਂ ਤਾਂ ਮੈਨੂੰ ਪਤਾ ਆ ਮੇਰੀ ਗੱਲ ਸੁਣ ਬਾਪੂ ਉਹਨੇ ਨਾ ਬੁੜੀ ਨੇ 2 ਮਿੰਟ ਲਾਏ ਪੈਸੇ ਫੜ ਕੇ ਲਿਆਉਣ ਲੱਗੀ ਨੇ ਕਹਿੰਦੀ ਜੇ ਪੁੱਤ ਹੋਰ ਲੋੜ ਹੈ ਤਾਂ ਹੋਰ ਲੈ ਜਾ ਦੱਸ ਇਦੋਂ ਚੰਗੀ ਬੁੜੀ ਆਪਾਂ ਨੂੰ ਕਿੱਥੋਂ ਥਿਆਉਗੀ ਹੋਰ ਬੁੜੀ ਤਾਂ ਬਹੁਤ ਚੰਗੀ ਹੈ ਚੌਰੂ ਫੜਾਏ ਨੇ ਬੁੜੀ ਨੇ ਤੈਨੂੰ ਨਹੀਂ ਪਤਾ ਬੁੜੀ ਕਿਵੇਂ ਫੜਾਉਂਦੀ ਹੈ ਪੈਸੇ ਹਾਂ ਚੱਲ ਸਹੀ ਗੱਲ ਹੈ ਤੈਨੂੰ ਵੀ ਲਾਲਚ ਹੋ ਕਿਸੇ ਗੱਲ ਦਾ ਹੋਰ ਬੜਾ ਬੁਖਾਰ ਚੜਿਆ ਪਿਆ ਤਾਂ ਹੀ ਛੱਡਿਆ ਮੈਂ ਫਿਰ ਆਉਣ ਵੀ ਬੜਾ ਕਰਦੀ ਸੀਗੀ ਚੱਲ ਕੋਈ ਨਹੀਂ ਭਾਈ ਫਿਰ ਉਹਨਾਂ ਦੇ ਵੀ ਕੌਣ ਆ ਲਾਲਚ ਉਹਨੂੰ ਕਹਿੰਦਾ ਉਹ ਜਮਾਈ ਨੂੰ ਪਿਆਰ ਹੀ ਇੰਨਾ ਕਰਦੀ ਹੈ ਨਾਲੇ ਧੀ ਉਹਦੇ ਕੱਲੀ ਕੱਲੀ ਧੀ ਹੈ ਜੀ ਹੋਰ ਉਹਨੇ ਜੀਣਾ ਉਹ ਛੱਡਿਆ ਕਰ ਤੂੰ ਕਲ ਯੁਗ ਦੇ ਜਮਾਨੇ 'ਚ ਸਰਪਣ ਕਿੱਥੇ ਭਾਲਦੀ ਇੱਥੇ ਤੂੰ ਇਹ ਲਾਲਚ ਸਾਰਾ ਮੋਹ ਪਿਆਰ ਜਿਹੜਾ ਸੋਨ ਦਿਖਾਵਾ ਲਾ ਉਹਦਾ ਮੇਰੀ ਐਡੀ ਉਮਰ ਹੋ ਗਈ ਮੈਂ ਸਭ ਕੁਝ ਜਾਣਦਾ ਉਹ ਸਾਰਾ ਜ਼ਮੀਨ 'ਚ ਡਿੱਗਦੇ ਨੇ ਵੀ ਕਿਤੇ ਕੁੜੀ ਜ਼ਮੀਨ ਨਾ ਲੈ ਜੇ ਮੈਂ ਕਹਿੰਦਾ ਤੁਸੀਂ ਉਹਨਾਂ ਦੇ ਦੋ ਚੰਦੇ ਉੱਤੋਂ ਦੀ ਰਹੋ ਮਿੱਠੇ ਪਿਆਰੇ ਹੋ ਕੇ ਨਾ ਕੁੜੀ ਨਾਲ ਸਾਰਾ ਕੁਛ ਆਪਾਂ ਇੱਥੇ ਹੀ ਲਿਆਉਣਾ ਗੱਲ ਸਹੀ ਹੈ ਹਾਂ ਠੀਕ ਹੈ ਗੱਲ ਤੇਰੀ ਠੀਕ ਹੈ ਰਹਾਂਗੇ ਤਾਂ ਮਿੱਠੇ ਪਿਆਰੇ ਹੌਲੀ ਹੌਲੀ ਸਭ ਕੁਝ ਬਣ ਜਾਊਗਾ ਤੇ ਬਸ ਰਾਜ ਦੀ ਗੱਲ ਸਹੀ ਹੈ ਵੀ ਤੱਤਾ ਨਹੀਂ ਆਪਾਂ ਲੱਗ ਗਏ ਇਹਦੇ ਬਾਕੀ ਸਮਝਾ ਰਿਹਾ ਕਰ ਸਾਰਾ ਕੁਛ ਵੀ ਉੱਥੋਂ ਪਹਿਲੇ ਲਿਆਉਣ ਦੀ ਕੋਸ਼ਿਸ਼ ਕਰ ਆਸ ਲਿਆਉਣ ਦੀ ਕੋਸ਼ਿਸ਼ ਕਰ ਪਰ ਉਹਨੂੰ ਪਤਾ ਨਾ ਲੱਗੇ ਵੀ ਇਹ ਮਨੋਂ ਕਹਿੰਦੇ ਨੇ ਸਹੀ ਗੱਲ ਇਸ ਗੱਲ ਦੀ ਤੂੰ ਚਿੰਤਾ ਹੀ ਨਾ ਕਰ ਇਹ ਤਾਂ ਮੇਰੇ ਤੇ ਛੱਡ ਦੇਣਾ ਆਪੀ ਗੱਲ ਉਹ ਤਾਂ ਤੈਨੂੰ ਮੈਨੂੰ ਪਤਾ ਤੇਰਾ ਚਲਾਕ ਲੂੰ ਬਾਪੂ ਹੁਣ ਚੱਲ ਗਏ ਆਪਾਂ ਖੇਤ ਹਾਂ ਚੱਲ ਭਾਈ ਜਿਹੜਾ ਛੇੜਾ ਮਾਰ ਹਾਂ ਚੱਲ ਹੋਰ ਆ ਜਾ ਆ ਕੁੰਡਾ ਜਾਣਾ ਚੱਕੀ ਅੱਜ ਆ ਜਾ ਕੰਨੀ
मां मेरी गल सुन कोई चीज पई रहन दे कोई गल नहीं मैं सस्री गल दीदी की हाल चाल है जी सके आज आगे तुसी मैं ता ना आज आई सीगी होर मां नु होया पैसी बुखार मां ने मेनू फोन करता मैं इथो देख के रहा नहीं गया मैं ता मां नु दवाई दवाने आंदी सी आ हुन मेनू कहनी है सेट बना के आपदा करा ला अच्छा ए ता मेरे सेट ता ही छोटी निशानी है नाले नहीं मेरी गल सुन तीए मैं करना की है मेरी धी पाऊगी मैं ओदू वध चा चढ़ूगा मेरी गल सुन ताई फिर भावे तुहानू गुस्सा ही लगे मैं ता ऐ कहदी सी वी टूम च क्यों कराउणा तुसी अगे कोई त्योहार वगैरा हो सौ त्योहार आंगे उदो देरी करा के कुछ नीला दस है तू तो ओही जवाक वाली गल नी जे कोई त्योहार विहार आऊगा मेरी धी दा फिर केड़ा मैं ना खड़ू मैं ता होर बथेरा कुछ लेके जाऊ मेरी धी दा मान थोड़ी है मां ता ना फिर हड़दी रहेगी कोई नी चल आपां बना ना कपड़े देखना मेरी गल सुना आपां शहर जावांगे दवाई लैण देख तेनू सोहणा लगदा रंगे सवेर हां सोहणा मां चाहे ता मैं सवेर लूं आ दोन्ने सूट सवेर ला चल चंगा लै कढ ला फड़ हाय मैनू वी दिखा दो कोई सूट रोटी लेके आई सी ਨੀ ਚੱਲ ਹੁਣ ਰੋਟੀ ਤੇੜੇ ਬਣਾ ਲਈ ਦਿੱਤੀ ਏ ਮੈਂ ਤਾਂ ਉਹੀ ਨਹੀਂ ਬੋਲ ਕੀਤਾ ਮੈਂ ਚੱਲ ਕਾਣੋ ਤੈਨੂੰ ਤੰਗ ਕਰ ਚੱਲ ਕੋਈ ਨਹੀਂ ਆ ਸੂਟ ਮੈਨੂੰ ਬਣਾ ਦੇ ਹਰ ਮੇਰੀ ਗੱਲ ਸੁਣ ਬਾਬੀ ਠੀਕ ਹੈ ਮੇਰੀ ਮਾਂ ਦਾ ਨਾ ਧਿਆਨ ਰੱਖਿਆ ਕਰੋ ਮੈਂ ਤਾਂ ਪਹਿਲਾਂ ਮਾਂ ਨੂੰ ਕਹਿ ਕੇ ਹਟੀਆਂ ਦੇਖ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਦੇਖ ਤੇਰੇ ਵੀ ਸੱਸ ਹੈ ਨਹੀਂ ਉਧਰ ਹਾਂਜੀ ਚਾਚੀ ਤਾਂ ਵਿਚਾਰੀ ਉਹ ਵੀ ਤੇਰੀ ਇਹੀ ਮਾਂ ਗੀ ਇਹਦਾ ਧਿਆਨ ਰੱਖਿਆ ਕਰ ਭਾਵੇਂ ਕਿਸੇ ਵੀ ਚੀਜ਼ ਦੀ ਲੋੜ ਆ ਦੇਖ ਬੇਚੇਜ ਕਾਦੀ ਮਾਂ ਤੋਂ ਮੰਗ ਸਕਦੀ ਹੈ ਹਨਾ ਜਿਹੇ ਜੀ ਤੂੰ ਇਹਦੀ ਨੂੰਹ ਆ ਗਈ ਹੈਨਾ ਉਹੇ ਜੀ ਜੇ ਆਪਦੀ ਹੁੰਦੀ ਆਪਦੀ ਹੁੰਦੀ ਨਾ ਮੈਂ ਤਾਂ ਇਹਨੂੰ ਸੱਸ ਤੋਂ ਵੱਧ ਕੇ ਮੰਨਦੀ ਹਾਂ ਬਹੁਤ ਪਿਆਰ ਕਰਦੀ ਹੈ ਪੁੱਛ ਕੇ ਦੇਖੋ ਇਸ ਤਾਂ ਥੋੜੀ ਥੋੜੀ ਦੇਰ ਬਾਅਦ ਜਿਹੜਾ ਮਾਂ ਦੇ ਰਹੀ ਹੈ ਮੋਹ ਕਰਦੀ ਹੈ ਇਹਦਾ ਜਵਾਕੜੀ ਦਾ ਮੈਂ ਤਾਂ ਬੱਚਾ ਕਹਿ ਕੇ ਹਟ ਗਿਆ ਵੀ ਮੈਂ ਤਾਂ ਹੁਣ ਦੇਖਾਂਦੇ ਸੌਰੀ ਬਾਗੀ ਅਸਲੀ ਧੀ ਤਾਂ ਤੇਰੀ ਡਿੰਪਲ ਹੀ ਹੈਗੀ ਹਾਂਜੀ ਸਹੀ ਗੱਲ ਹੈ ਮੇਰੇ ਤਾਂ ਪੇਕੇ ਭਾਬੀ ਤੁਹਾਡੇ ਨਾਲ ਹੀ ਨੇ ਬਿਲਕੁਲ ਸਹੀ ਕਹਿੰਦੇ ਹੋ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਜੇ ਤੁਸੀਂ ਆ ਜਾਂਦੇ ਹੋ ਘਰੇ ਚਲ ਆ ਜਾ ਭਾਬੀ ਬੈਠ ਕੇ ਗੱਲਾਂ ਕਰਦੇ ਆ ਚਲ ਚਲ ਆ ਜਾ ਆ ਸੋਹਣਾ ਲੱਗੂ ਤੇਰੇ ਧੀ ਇਸ ਸੂਟੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਕਿਹੋ ਜਿਹੀ ਲੱਗੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ